ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਗੁਰਦਾਸਪੁਰ ਤੋਂ ਆਏ ਹਾਂ। ਗੁਰਦਾਸਪੁਰ ਤੋਂ ਆਏ ਹੋ, ਤੇ ਕਿੰਨੇ ਜਣੇ ਆਏ ਟੋਟਲ? ਅਸੀਂ ਸਾਡੀ ਫੈਮਿਲੀ ਵਿੱਚੋਂ 6 ਜਣੇ ਆਏ ਆ। ਅੱਛਾ, 6 ਜਣੇ ਆਏ ਹੋ, ਪਹਿਲੀ ਵਾਰੀ ਕਿ ਪਹਿਲੇ ਵੀ? ਨਹੀਂ, ਸੈਕਿੰਡ ਵਾਰ ਹੋ। ਦੂਜੀ ਵਾਰੀ ਆਏ ਹੋ। ਅੱਛਾ, ਤੇ ਤੁਸੀਂ ਇਹ ਨਾਸ਼ਤਾ ਕਰ ਰਹੇ ਹੋ, ਪਹਿਲੇ ਤਾਂ ਦੱਸੋ ਨਾਸ਼ਤਾ ਲੱਗਿਆ ਕਿਸ? ਬਹੁਤ ਹੀ ਵਧੀਆ, ਜ਼ਬਰਦਸਤ। ਕੀ ਕੀ ਖਾ ਰਹੇ? ਅਸੀਂ ਆ ਪੂੜੀ, ਛੋਲੇ ਅਤੇ ਹਲਵੇ ਦਾ ਉਹ ਬਣਿਆ ਹੋਇਆ ਨਾਸ਼ਤਾ, ਅਤੇ ਨਾਲ ਲੱਸੀ ਆ, ਪੰਜਾਬੀ ਲੱਸੀ ਜਿਹਨੂੰ ਕਹਿੰਦੇ ਆ। ਹਾਂਜੀ, ਬਹੁਤ ਵਧੀਆ। ਅਤੇ ਹਲਵਾ ਕਿਸਾ ਲੱਗ ਰਿਹਾ? ਹਲਵਾ ਅਜੇ ਦੇਖਣਾ, ਟੇਸਟ ਹਲਵੇ ਦਾ ਦੇਖਣਾ ਅਜੇ। ਅਜੇ ਪੂੜੀ ਦਾ ਲਿਆ, ਬਹੁਤ ਵਧੀਆ। ਤੁਸੀਂ ਇੱਥੇ ਬਾਹਰ ਆ ਕੇ ਸੜਕ ਕੰਢੇ ਬਹਿ ਕੇ ਨਾਸ਼ਤਾ ਕਿਉਂ ਕਰ ਰਹੇ ਹੋ? ਵੈਸੇ ਵਧੀਆ ਲੱਗਦਾ। ਹਾਂਜੀ, ਪਹਿਲੇ ਅਸੀਂ ਕੱਲ੍ਹ ਇੱਥੇ ਆਏ ਸੀ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਸੀ। ਅਸੀਂ ਆਖਿਆ ਵੀ ਚਲੋ ਨਾਸ਼ਤਾ ਕਰ ਲੈਂਦੇ ਥੋੜ੍ਹਾ ਅੱਗੇ ਜਾ ਕੇ, ਅਤੇ ਬਹੁਤ ਵਧੀਆ ਲੱਗ ਰਿਹਾ। ਆਪਣਾ ਸਾਰਾ ਇੱਕੋ ਹੀ ਆ ਪੰਜਾਬ ਸਾਰਾ, ਆਪਣਾ ਬਹੁਤ ਵਧੀਆ ਲੱਗ ਰਿਹਾ। ਹਾਂਜੀ, ਨਾਲ ਭਰਜਾਈ ਵੀ ਆ ਤੁਹਾਡੇ, ਉਹਨਾਂ ਨੂੰ ਪੁੱਛਦੇ ਹਾਂ। ਹਾਂਜੀ, ਕੀ ਹਾਲ ਚਾਲ? ਹਾਂਜੀ, ਵਧੀਆ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਸਰਬਜੀਤ ਕੌਰ। ਬਹੁਤ ਵਧੀਆ। ਹਾਂਜੀ, ਬਹੁਤ ਵਧੀਆ। ਹਾਂਜੀ, ਹਲਵਾ ਪੂੜੀ ਆ, ਕੜਾਹ ਹੈ, ਲੱਸੀ ਆ। ਹਾਂਜੀ, ਨਹੀਂ ਅੱਜ ਪਹਿਲੇ ਦਿਨ ਹੀ ਕੀਤਾ। ਹਾਂਜੀ ਹਾਂਜੀ। ਚਲੋ, ਅੱਛਾ ਇਹ ਦੱਸੋ ਸਰਦਾਰ ਜੀ ਕਿ ਲਾਹੌਰ ਦਾ ਸੁਣਿਆ ਅਤੇ ਹੋਣਾ ਵਾ ਕਿ ਉਹ ਕਹਿੰਦੇ ਨਾ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਅਤੇ ਅੱਜ ਤੁਸੀਂ ਦੇਖ ਰਹੇ ਹੋ ਤਾਂ ਕੈਸਾ ਲੱਗ ਰਿਹਾ ਉਹ ਗੱਲ? ਠੀਕ ਆ। ਹਾਂਜੀ ਹਾਂਜੀ, ਅੱਜ ਦੇਖ ਲਿਆ ਸਾਰਾ ਆਪਾਂ ਨਜ਼ਾਰਾ, ਸਾਰਾ ਲਾਹੌਰ ਦਾ ਦੇਖ ਲਿਆ, ਅਤੇ ਜਿਹੜੀ ਕਹਾਵਤ ਬਣੀ ਹੋਈ ਹੈ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਅਸੀਂ ਜੰਮ ਗਏ ਅੱਜ। ਅੱਛਾ, ਜੰਮ ਗਏ? ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ। ਆਪਣੇ ਸਾਰੇ ਪੰਜਾਬੀ ਭਰਾ ਇੱਥੇ ਆ, ਪੰਜਾਬੀ ਬੋਲਦੇ ਆ, ਅਤੇ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ, ਅਤੇ ਆ ਖਾਣਾ ਖਾ ਕੇ ਹੋਰ ਵੀ ਵਧੀਆ ਲੱਗ ਰਿਹਾ। ਅੱਛਾ, ਇੱਥੇ ਤੁਸੀਂ ਆਏ ਹੋ, ਤੁਹਾਨੂੰ ਲੋਕ ਇੱਥੇ ਮਿਲੇ ਆ, ਸਾਰੇ ਹੋਟਲ ਤੋਂ ਤੁਸੀਂ ਨਾਸ਼ਤਾ ਕਰ ਰਹੇ ਹੋ, ਲੋਕਾਂ ਦਾ ਮੇਲ ਮਿਲਾਪ ਕੈਸਾ ਤੁਹਾਡਾ? ਬਹੁਤ ਵਧੀਆ, ਲੋਕ ਬਹੁਤ ਵਧੀਆ ਨੇ ਇੱਥੋਂ ਦੇ, ਬਹੁਤ ਵਧੀਆ ਪਿਆਰ ਦਿੰਦੇ ਨੇ। ਅੱਛਾ ਲੱਗਦਾ ਜਦੋਂ ਪਿਆਰ ਦਿੰਦੇ ਨੇ, ਬਹੁਤ ਵਧੀਆ ਲੱਗਦੇ ਆ। ਆਪਣੇ ਜਿਹੜੇ ਵਿਛੜ ਚੁੱਕੇ ਜਿਹੜੇ ਭਰਾ ਆ ਆਪਣੇ 1947 ਵੇਲੇ, ਉਹ ਜਦੋਂ ਆਪਾਂ ਇੱਥੇ ਆ ਕੇ ਵੇਖੀਦਾ ਤਾਂ ਇੱਕੋ ਜਿਹਾ ਮਾਹੌਲ ਹੈ ਉੱਧਰ ਵੀ ਅਤੇ ਇੱਧਰ ਵੀ, ਬਹੁਤ ਵਧੀਆ ਲੱਗਦਾ। ਅਤੇ ਅੱਛਾ, ਹੁਣ ਤੁਸੀਂ ਅੱਜ ਜਾਣਾ ਵਾਪਸ, ਅਤੇ ਵਾਪਸ ਜਾ ਕੇ ਅਤੇ ਫਿਰ ਆਓਗੇ ਮੁੜ ਕੇ ਆਉਣ ਨੂੰ ਦਿਲ ਕਰਦਾ? ਇਹ ਤਾਂ ਗੁਰੂ ਨਾਨਕ ਦੇਵ ਜੀ ਜਾਣਦੇ ਆ, ਜੇ ਉਹ ਵੀਜ਼ਾ ਲੱਗ ਜੂਗਾ ਫਿਰ ਆਪਾਂ ਆ ਵੀ ਸਕਦੇ ਹਾਂ। ਇੱਥੇ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਯਾਦਗਾਰ ਹੋਵੇ ਤੁਹਾਡੇ ਲਈ, ਕੋਈ ਐਸੀ ਗੱਲ ਹੋਈ ਹੋਵੇ? ਗੱਲ ਇਹੋ ਆ, ਜਦੋਂ ਆਪਾਂ ਛੋਟੇ ਹੁੰਦੇ ਸੁਣਦੇ ਸੀ ਵੀ ਜਿਹੜੇ ਗੁਰਦੁਆਰਾ ਸਾਹਿਬ ਇੱਥੋਂ ਪੰਥ ਤੋਂ ਵਿਛੋੜੇ ਗਏ ਆ, ਉਹਨਾਂ ਦੇ ਦਰਸ਼ਨ ਦੀਦਾਰ ਅਸੀਂ ਛੋਟੇ ਛੋਟੇ ਹੁੰਦੇ ਸੀ, ਘਰਦਿਆਂ ਨੂੰ ਪੁੱਛੀਦਾ ਸੀ ਵੀ ਇਹ ਮੰਮੀ ਪਾਪਾ ਨੂੰ ਵੀ ਇਹ ਗੁਰਦੁਆਰੇ ਕਿੱਥੇ ਹੈਗੇ ਆ, ਉਹ ਦੱਸਦੇ ਵੀ ਇਹ ਪਾਕਿਸਤਾਨ ਦੇ ਵਿੱਚ ਰਹਿ ਗਏ, ਇੱਥੇ ਆਪਾਂ ਨਹੀਂ ਜਾ ਸਕਦੇ। ਪਰ ਉਹ ਜਦੋਂ ਅਸੀਂ ਹੁਣ ਵੱਡੇ ਹੋਏ, ਆਪਾਂ ਪਾਸਪੋਰਟ ਬਣਾ ਕੇ ਵੀਜ਼ਾ ਅਪਲਾਈ ਕੀਤਾ ਅਤੇ ਸਾਡਾ ਵੀਜ਼ਾ ਲੱਗ ਗਿਆ, ਅਤੇ ਹੁਣ ਅਸੀਂ ਖੁੱਲ੍ਹੇ ਦਰਸ਼ਨਦਾਰ ਕਰਕੇ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਮਨ ਨੂੰ ਸ਼ਾਂਤੀ ਮਿਲਦੀ, ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕ ਕੇ ਬਹੁਤ ਵਧੀਆ ਲੱਗ ਰਿਹਾ। ਚਲੋ ਜੀ, ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਲੱਗ ਤਾਂ ਬੜਾ ਚੰਗਾ ਰਿਹਾ ਵਾ। ਅੱਛਾ, ਇੱਕ ਹੋਰ ਗੱਲ ਇਹ ਦੱਸ ਦਿਓ ਅਖੀਰਲੀ ਗੱਲ ਕਿ ਉੱਦਾਂ ਰੂਟੀਨ 'ਚ ਚਾਹ ਚੱਲਦੀ ਅੱਜ ਕੱਲ੍ਹ, ਤੁਸੀਂ ਇੱਥੇ ਲੱਸੀ ਪੀ ਰਹੇ ਹੋ ਸਪੈਸ਼ਲ? ਹਾਂ, ਇਹ ਦੱਸਦੇ ਸੀ ਕਿ ਲੱਸੀ ਇੱਥੋਂ ਦੀ ਬਹੁਤ ਮਸ਼ਹੂਰ ਆ, ਬਹੁਤ ਜ਼ਿਆਦਾ ਵਧੀਆ ਆ, ਇਸ ਕਰਕੇ ਅਸੀਂ ਸੋਚਿਆ ਵੀ ਚਲੋ ਜੇ ਮਸ਼ਹੂਰ ਆ ਤਾਂ ਲੱਸੀ ਪੀ ਕੇ ਦੇਖ ਲੈਂਦੇ ਹਾਂ। ਅਸੀਂ ਜਿੱਦਣ ਦੇ ਆਏ ਹਾਂ, ਸਾਨੂੰ 5-6 ਦਿਨ ਹੋ ਗਏ ਆਪਾਂ ਲੱਸੀ ਪੀਤੀ ਨਹੀਂ, ਅੱਜ ਪਹਿਲੇ ਦਿਨ ਪੀਣ ਜਾ ਰਹੇ ਹਾਂ, ਅਤੇ ਵਧੀਆ ਹੀ ਹੋਏਗੀ ਕਿਉਂਕਿ ਸੁਣਨ ਵਿੱਚ ਆਈ ਹੈ ਕਿ ਵਧੀਆ ਵਧੀਆ ਹੋਏਗੀ। ਹਾਂਜੀ।